ਬਾਅਦ ਉਦੋਂ ਇਹੀ ਬੱਕਰੀ ਬਣਦੀ ਸੀਗੀ ਜਦੋਂ ਅਸੀਂ ਕਿਸੇ ਯਾਰ ਦੋਸਤ ਤੋਂ ਬੱਕਰਾ ਮੰਗਿਆ ਸੀ ਉਹ ਜਵਾਬ ਜੇ ਦੇ ਗਿਆ ਸਾਨੂੰ ਤੇ ਮੁੜ ਕੇ ਅਸੀਂ ਸਾਨੂੰ ਕੋਈ ਨੀ ਬਈ ਸੀਗਾ ਤੇ ਉਹ ਬੰਦਾ ਹੁਣ ਸਾਡੇ ਕੋਲ ਆਇਆ ਵੀ ਸੀ ਤਾਂ ਮੇਰੀਆਂ ਬੱਕਰੀਆਂ ਕ੍ਰੋਸ ਕਰਾ ਕੇ ਦਿਓ ਨਾ ਨੀ ਲੈਂਦਾ ਉਹਦਾ ਨਹੀਂ ਨਾ ਨੀ ਲੈਂਦਾ ਯਾਰ ਦੋਸਤੀ ਵਾਲੀ ਆ ਮੁੜ ਕੇ ਆਖੂਗਾ ਮੇਰਾ ਨਾਂ ਸ਼ੇਅਰ ਕਰ ਤਾਂ ਪਤਾ ਉਹਨੂੰ ਵੀ ਲੱਗਿਆ ਖੜਾ ਵੀ ਮੇਰੇ ਤੇ ਹੀ ਆ ਗਰਮੀ ਇਹਨਾਂ ਨੂੰ ਮੈਂ ਕਿਹਾ ਸਾਡਾ ਤੇਰੇ ਵਰਗਾ ਦਿਲ ਨੀ ਜਿੰਨੀਆਂ ਮਰਜ਼ੀ ਲੈ ਜੀ ਬੱਕਰੀਆਂ ਭਰਾ ਕੇ ਤੇਰੀ ਜਾਨ ਨੂੰ ਮੈਂ ਕਿਹਾ ਲੱਡੂਆਂ ਨੂੰ ਘਾਟਾ ਕੁਦਰਤ ਕਹਿੰਦੇ ਉਹਨਾਂ ਗੋਡ ਗਿਫਟ ਹੀ ਇਹਨੂੰ ਭਾਵੇਂ ਆਏ ਠੱਲ ਲਾ ਆਏ ਇਹਨੇ ਨਾ ਕਿਸ ਕਰ ਲਾ ਤੇ ਜਦੋਂ ਮੰਨ ਕੇ ਚੱਲ ਮੈਂ ਨਾ ਇਧਰੋਂ ਗ੍ਰਿਡ ਕੋਲੇ ਆ ਗਿਆ ਉਦੋਂ ਇਹ ਘਰੇ ਦੱਸਦੀ ਆ ਵੀ ਹਾਂ ਬੰਦਾ ਆਉਂਦਾ ਆਪਣਾ ਮਾਲਕ ਸਤਿ ਸ੍ਰੀ ਅਕਾਲ ਬਾਈ ਗੁਰਪ੍ਰੀਤ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸਿਹਤਾਂ ਠੀਕ ਹੈ ਜੀ ਵਧੀਆ ਵਧੀਆ ਭਰਾ ਚੜ੍ਹਦੀ ਕਲਾ ਤੇ ਕਿਵੇਂ ਚੱਲ ਰਿਹਾ ਆਪਣਾ ਬੱਕਰੀਆਂ ਵਾਲਾ ਕੰਮ ਵਧੀਆ ਕਾਰੋਬਾਰ ਠੀਕ ਹੈ ਬਾਈ ਠੀਕ ਹੈ ਤੇ ਇਹ ਬਾਈ ਹੈਗਾ ਪਿੰਡ ਭਲਾਈਆਂ ਤੋਂ ਤੇ ਬਾਈ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੈ ਤੇ ਵੀਰੇ ਘੋੜੀਆਂ ਤੋਂ ਬਾਅਦ ਇੱਧਰ ਕਿਵੇਂ ਸ਼ੌਂਕ ਪੈ ਗਿਆ ਬੱਕਰੀਆਂ ਦਾ ਇਹ ਯਾਰ ਇੱਥੇ ਬਾਈ ਸਾਡੇ ਨਾ ਨਾਲ ਹੀ ਸੀਗਾ ਪੱਠਾ ਵੇਲਾ ਉੱਥੇ ਮਾਲ ਚਾਰ ਨਹਾਉਂਦੇ ਹੁੰਦੇ ਸਾਹਿਬ ਚੰਦ ਦੇ ਉਹ ਦਿਨੇ ਅਸੀਂ ਚਾਹ ਪੀਣ ਉਹਨਾਂ ਕੋਲੇ ਬਹਿ ਜਾਣਾ ਉੱਥੇ ਝੋਨਾ ਲਾਇਆ ਸੀਗਾ ਪਰਲੇ ਪਾਸੇ ਸਾਡੇ ਕੱਖ ਕੁੱਖ ਕੱਢਦੇ ਜਾ ਵੜਨਾ ਕੋਲੇ ਠੀਕ ਹੈ ਠੀਕ ਹੈ ਉਹ ਸਾਰੀ ਦਿਹਾੜੀ ਬੱਕਰੀਆਂ ਦੀਆਂ ਗੱਲਾਂ ਹੀ ਕਰੀ ਜਾਣਗੀਆਂ ਉੱਥੋਂ ਹੌਲੀ 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 ਸਾਡੇ ਕੀੜਾ ਪੈਂਦਾ ਪੈ ਗਿਆ ਫਿਰ ਉਹਨੂੰ ਮੈਂ ਕਿਹਾ ਯਾਰ ਸਾਨੂੰ ਇੱਕ ਬੱਕਰੀ ਦੇ ਦੇ ਉਹ ਵਾਲਾ ਲੈ ਜਾਓ ਉਹ ਚੱਲ ਉਹਦੇ ਨਾਲ ਗੱਲ ਜੀ ਚੱਲੀ ਗਈ ਨਾ ਆਈ ਫਿਰ ਅਸੀਂ ਇੱਥੋਂ ਪਿੰਡੋਂ ਹੀ ਇੱਕ ਦੇਸੀ ਲਿਆਂਦੀ ਬੱਕਰੀ ਠੀਕ ਹੈ ਤੇ ਉਹ ਇੱਕ ਤੋਂ ਫਿਰ ਦੋ ਕਰ ਲਈਆਂ ਫਿਰ ਉਹ ਯਾਰ ਦੇਸੀ ਸਾਨੂੰ ਸੋਹਣੀਆਂ ਨਹੀਂ ਲੱਗੀਆਂ ਮੰਡੀਆਂ ਵੇਖਣ ਲੱਗ ਪਏ ਲਹਿਰੇ ਉੱਠ ਗਏ ਮੰਡੀ ਤੇ ਠੀਕ ਹੈ ਮੈਨੂੰ ਇਹ ਮੇਰਾ ਭਰਾ ਆਦਾ ਕੇ ਯਾਰ ਜਦੋਂ ਕੰਮ ਚਲਾਉਣਾ ਹੀ ਆ ਫਿਰ ਆਦਾ ਨੱਚਣਾ ਦਾ ਸਵਾਰ ਕੇ ਨੱਚ ਚੰਗੀਆਂ ਲੈ ਕੇ ਆਦਾ ਬੱਕਰੀਆਂ ਠੀਕ ਹੈ ਮਾੜੀ ਵੀ ਉਹਨੇ ਨੱਚ ਖਾਂਦੀ ਇਹਦੇ ਚ ਆਦਾ ਭੇਡ ਵੀ ਪਾਲਣੀ ਤੇ ਆਦਾ ਘੋੜ ਵੀ ਪਾਲਣਾ ਕਿ ਨਹੀਂ ਠੀਕ ਹੈ ਤੇ ਮੁੜ ਕੇ ਉੱਥੇ ਬਈ ਬਿੱਟੂ ਆਇਆ ਸੀਗਾ ਜਲਾਲ ਵਾਲਾ ਉਹਦੇ ਕੋਲੇ ਉਹ ਬੱਕਰੀ ਸੀਗੀ ਵੱਡੀ ਕਿਹੜੀ ਆਹਾ ਬੱਕਰੀ ਠੀਕ ਹੈ ਅਸੀਂ ਉਹਨੂੰ ਆਖਿਆ ਦੱਸ ਕਿੰਨੇ ਪੈਸੇ ਉਹ ਆਦਾ ਮੈਂ ਲੈਣਾ 50,000 ਰੁਪਇਆ ਠੀਕ ਹੈ ਠੀਕ ਹੈ ਸਾਡਾ 40,000 ਚ ਸੌਦਾ ਹੋ ਗਿਆ ਅੱਛਾ ਅਸੀਂ ਉਹਨੂੰ ਕੁਛ ਤਾਂ ਦੇਸੀ ਜਿਹਾ ਜਾਨਵਰ ਕਟਾ ਦੇ ਵਿੱਚ ਨਾਲ ਬੰਨਦੇ ਉਹਦੇ ਪੈਸੇ ਦੇਤੇ ਜਿਹੜਾ 20,000 ਰੁਪਇਆ ਬਣਿਆ ਉਹ ਬੱਕਰੀ ਛੱਡ ਗਿਆ ਸਾਡੇ ਘਰੇ ਸੂਪੀ ਉਹਨੇ ਪੱਠ ਤੇ ਬੱਕਰ ਮੁੜ ਕੇ ਤੇ ਥੋੜੇ ਦਿਨਾਂ ਬਾਅਦ ਤੇ ਮੈਂ ਇੱਕ ਬੱਕਰੀ ਇੱਥੋਂ ਸਾਡੇ ਪੱਠੇ 'ਚ ਹੀ ਆਏ ਸੀਗੇ ਉਹੀ ਮੁੰਡੇ ਸਾਹਿਬ ਚੰਦ ਵਾਲੇ ਉਹਨਾਂ ਤੋਂ ਲੈ ਲਈ ਮੈਂ ਕਿਹਾ ਯਾਰ ਬੱਕਰੀ ਦੇ ਕੇ ਜਾਓ ਇੱਕ ਉਹ ਆਦੇ ਯਾਰ ਲੈ ਲਾ ਤੇਰੀ ਜਾਨ ਨੂੰ ਲੱਡੂਆਂ ਦਾ ਘਾਟਾ ਤੇ ਮੈਂ ਉਹ ਆਦੇ ਛਾਂਟ ਕੇ ਫੜ ਲਾ ਸਵੇਰੇ ਨਾ ਆਖੀ ਬਈ ਕੇਵ ਜੀ ਮੈਂ ਛਾਂਟ ਕੇ ਉਹ ਬੱਕਰੀ ਫੜ ਲਈ ਇੱਥੇ ਫਿਰਦੀ ਹੋਊਗੀ ਬਾਹਰ ਆ ਮੈਨੂੰ ਲੱਗਦਾ ਉਹ ਬੱਕਰੀ ਫੜ ਲਈ ਤੇ ਉਹ ਸੀ ਖਾਲੀ ਠੀਕ ਹੈ ਉਹ ਬੱਕਰੀ ਜਦੋਂ ਫੜ ਲਈ ਤੇ ਥੋੜੇ ਜਿਹੇ ਦਿਨਾਂ ਬਾਅਦ ਸਾਡੇ ਫੇਰ ਕੀੜਾ ਉੱਠੇ ਮੈਂ ਯਾਰ ਦੋ ਤਾਂ ਵਧੀਆ ਬਣ ਗਈਆਂ ਹਨਾ ਇੱਕ ਅੱਧੀ ਹੋਰ ਲਿਆਗੇ ਅਸੀਂ ਬਈ ਤੇ ਗਰੁੱਪਾਂ 'ਚ ਪਾਤਾ ਬੋਲ ਕੇ ਵੀ ਜੇ ਕਿਸੇ ਕੋਲ ਚੰਗੀ ਕਾਲੀ ਬੱਕਰੀ ਹੋਵੇ ਤਾਂ ਸਾਨੂੰ ਦੱਸਿਓ ਤੇ ਉਹ ਜਿਹੜਾ ਰਾਜੂ ਆ ਦਿੜਬੇ ਵਾਲਾ ਉਹਦੇ ਮੁੰਡੇ ਨੇ ਸਾਨੂੰ ਇਨਬੋਕਸ 'ਚ ਮੈਸੇਜ ਕਰਤਾ ਸਾਡੇ ਆਹ ਬੱਕਰੀ ਪਸੰਦ ਆ ਗਈ ਇਹ ਬੱਕਰੀ ਅਸੀਂ ਉਹ ਤੋਂ ਉਹਨੇ ਸਾਨੂੰ ਖਾਲੀ ਕਰਕੇ ਦਿੱਤੀ ਸੀਗੀ ਤੇ ਬੱਕਰੀ ਨਿਕਲੀ ਵੀ ਖਾਲੀ ਇਹ ਬਈ ਉਹਨੇ ਆਪਾਂ ਨੂੰ ਖਾਲੀ ਕਰਕੇ ਦਿੱਤੀ ਦੁੱਧ ਦਿੰਦੀ ਸੀ 1.5 ਕਿਲੋ ਡੰਗ ਦਾ ਹਾਂ ਤੇ ਮਗਰੋਂ ਪੱਠ ਲਾ ਲਈ ਸੀਗੀ ਉਹਨੇ ਇਹ ਸਾਨੂੰ ਉਹਨੇ ਦਿੱਤੀ ਸੀ 32,000 ਦੀ ਖਾਲੀ ਤੇ ਅਸੀਂ ਲਿਆਏ ਤੇ ਉਦੋਂ ਬਾਅਦ ਲਿਆ ਕੇ ਆਪ ਕ੍ਰੋਸ ਕਰਾਈ ਆ ਹੁਣ ਇਹ ਹੁਣ ਸੂਣ ਵਾਲੀ ਆ ਬੱਕਰੀ ਤੇ ਫਿਰ ਤੇ ਇੱਕ ਦਿਨ ਅਸੀਂ ਇੱਥੇ ਮਾਲ ਫੇਰ ਆਇਆ ਸੀਗਾ ਤੇ ਆਹ ਜਿਹੜੀ ਬੱਕਰੀ ਖੜੀ ਆਹ ਦੋ ਪੱਠਾਂ ਵਾਲੀ ਇਹਦੇ ਆ ਬੱਚੇ ਦੋਨੇ ਹਾਂ ਇਹ ਦੋਨੇ ਇਹਦੇ ਇੱਕ ਪੱਠ ਇੱਥੇ ਹੋਰ ਫਿਰਦੀ ਡੱਬੀ ਉਹ ਅੰਦਰ ਤਾੜੀ ਆ ਡੇਢ ਕਿਲੋ ਦਿੰਦੀ ਇੱਕ ਥਾਂ ਚੋ ਇੱਕ ਹੀ ਪੱਠ ਦਿੰਦੀ ਆ ਜਾਂ ਬੱਕਰਾ ਦੇਊ ਜਾਂ ਪੱਠ ਜਿਹੜਾ ਕੋਈ ਵੀ ਇੱਕ ਬੱਚਾ ਹੀ ਦੇਊਗੀ 300 ਸੂਪੀਆ ਦਾ ਮੇਰੇ ਕੋਲੇ ਠੀਕ ਹੈ ਤੇ ਉਹ ਬਾਈ ਇਹ ਉਦੋਂ ਕ੍ਰੋਸ ਸੀਗੀ ਨਾਲ ਹੀ ਪੱਠ ਸਣੇ ਤੇ ਸਾਨੂੰ ਇਹ ਦੇ ਗਿਆ 22,000 ਰੁਪਈਏ ਚ ਬਾਈ ਉਹਦੇ ਕੋਲੇ ਵੇ ਜਦੋਂ ਕੋਈ ਪ੍ਰਮਾਤਮਾ ਨੇ ਦਿਨ ਸਿੱਧੇ ਕਰਨੇ ਹੁਣ ਇਹਨੇ ਸਾਡੇ ਕੋਲੇ 1,000 ਦੋ ਪੱਠਾਂ ਦਿੱਤੀਆਂ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਤੇ ਇਹ ਬਾਈ 1,000 ਇਹਨੇ ਦੋ ਪੱਠਾਂ ਦਿੱਤੀਆਂ ਤੇ ਦੋਨੇ ਹੀ ਇਹਨੇ ਪਾਲੀਆਂ ਕੋਈ ਨਾਲ ਅਸੀਂ ਲੋਕਾਂ ਨੂੰ ਅੱਡ ਦੁੱਧ ਦੱਧ ਨਹੀਂ ਪਿਆ ਨਾ ਇਹ ਨਹੀਂ ਪਾਲੀਆਂ ਤੇ ਮਹੀਨੇ 1.5 ਕੁ ਮਹੀਨੇ ਬਾਅਦ ਉਦੋਂ ਇਹੀ ਬੱਕਰੀ ਬਣਦੀ ਸੀਗੀ ਜਦੋਂ ਅਸੀਂ ਕਿਸੇ ਯਾਰ ਦੋਸਤ ਤੋਂ ਬੱਕਰਾ ਮੰਗਿਆ ਸੀ ਉਹ ਜਵਾਬ ਜੇ ਦੇ ਗਿਆ ਸਾਨੂੰ ਤੇ ਮੁੜ ਕੇ ਅਸੀਂ ਮੈਂ ਵੀ ਵੇਖੀ ਸੀ ਵੀਡੀਓ ਤੁਹਾਡੀ ਹਾਂ ਬਾਈ ਹਾਂ ਉਹ ਅਸੀਂ ਲਹਿਰੇ ਤੋਂ ਲਿਆ ਸੀ ਅਨਵਰ ਮੁੰਡੇ ਤੋਂ ਤੇ ਉਹ ਬਾਈ ਬੱਕਰਾ ਮੁੜ ਕੇ ਹੀ ਲਿਆ ਗਿਆ ਇਥੇ ਵਾੜੀ ਛੱਡਤਾ ਤੇ ਬੱਕਰੀ ਕ੍ਰੋਸ ਹੋ ਗਈ ਹੁਣ ਮਹੀਨੇ ਤੋਂ ਉੱਤੇ ਗੱਭਣਾ ਬੱਕਰੀ ਦੂਰੀ ਯਾਰ ਦੋ ਬਾਈ ਉਹ ਫਿਰ ਗੁੱਸੇ 'ਚ ਲਿਆਏ ਬੱਕਰਾ ਦੋ ਹਾਂ ਉਹ ਗੁੱਸੇ 'ਚ ਲਿਆਏ ਆ ਬਾਈ ਉਹ ਆਪਣਾ ਸਾਨੂੰ ਕੋਈ ਨਹੀਂ ਬਈ ਸੀਗਾ ਤੇ ਉਹ ਬੰਦਾ ਹੁਣ ਸਾਡੇ ਕੋਲੇ ਆਇਆ ਵੀ ਸੀ ਤਾਂ ਮੇਰੀਆਂ ਬੱਕਰੀਆਂ ਕ੍ਰੋਸ ਕਰਾ ਕੇ ਦਿਓ ਨਾ ਨਹੀਂ ਲੈਂਦਾ ਉਹਦਾ ਨਹੀਂ ਨਾ ਨਹੀਂ ਲੈਂਦਾ ਯਾਰ ਦੋਸਤੀ ਵਾਲੀ ਆ ਮੁੜ ਕੇ ਆਖੂਗਾ ਮੇਰਾ ਨਾਂ ਸ਼ੇਅਰ ਕਰ ਤਾਂ ਪਤਾ ਉਹਨੂੰ ਵੀ ਲੱਗਿਆ ਖੜਾ ਵੀ ਮੇਰੇ ਤੇ ਹੀ ਆ ਗਰਮੀ ਇਹਨਾਂ ਨੂੰ ਮੈਂ ਕਿਹਾ ਸਾਡਾ ਤੇਰੇ ਵਰਗਾ ਦਿਲ ਨਹੀਂ ਜਿੰਨੀਆਂ ਮਰਜ਼ੀ ਲੈ ਜੀ ਬੱਕਰੀਆਂ ਭਰਾ ਕੇ ਤੇਰੀ ਜਾਨ ਨੂੰ ਮੈਂ ਕਿਹਾ ਲੱਡੂਆਂ ਨੂੰ ਘਾਟਾ ਠੀਕ ਹੈ ਹੈਂ
ਤੇ ਇਹ ਜਿਹੜਾ ਬੱਕਰਾ ਲਿਆ ਸੀ ਤੇ ਬੱਕਰਾ ਸੀ ਹਾਂ ਬਾਈ ਆ ਬੱਕਰਾ ਠੀਕ ਹੈ ਕਿਹ ਦੰਦ ਦੁੰਦ ਹੋ ਗਿਆ ਹੁਣ ਇਹ 4 ਦੰਦ ਆ ਬਾਈ ਠੀਕ ਹੈ ਹਾਂ 40 ਇੰਚ ਹਾਈਟ ਹੈ ਦੀ ਪੂਰੀ ਮੂੰਹ ਦਾ ਚੰਗਾ ਕੰਨਾ ਕੁੰਨਾ ਦਾ ਨਾ ਮਾਇਆ ਨਾ ਇਹਦੇ ਕੰਨ ਬਾਈ 17.5 ਇੰਚ ਆ ਕੰਨ ਹਾਂ ਬੋਲ 18 ਨੂੰ ਮੂੰਹ ਮਾਰ ਜੂਗਾ ਕੰਨਾਂ ਨੂੰ ਇਹ ਉਧਰ ਹੀ ਹੈ ਨਾ ਥਲਾ ਨਾ ਲੰਮੇ ਕੰਨ ਆਪਣੇ ਘੱਟ ਆਪਣੇ ਇਧਰ ਘੱਟ ਆ ਬਾਈ ਇਹਦਾ ਪੰਜ ਫੇਸ ਵੀ ਬਹੁਤ ਵਧਗਾ ਬਾਈ ਇਹ ਤਾਂ ਹੁਣ ਬਾਈ ਕਿੰਨੀਆਂ ਬੱਕਰੀਆਂ ਹੋਊਗੀਆਂ ਬਾਈ ਬੱਕਰੀਆਂ ਮੈਂ ਲਿਆ ਕੇ 20 ਕ੍ਰੋਸ ਕਰਾਤੀਆਂ ਠੀਕ ਹੈ ਨਸਲ ਵਧਾ ਦੇਵਾਂਗੇ ਫਿਰ ਮਨ ਲੱਗਦਾ ਹਾਂ 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 ਆਪਾਂ ਉਹ ਲੋਕਾਂ ਵਾਲੀ ਗੱਲ ਹੀ ਨਹੀਂ ਕਰੀ ਆਪਾਂ ਪੈਸੇ ਅਗਲੇ ਤੋਂ 1500 ਹੀ ਫੀਸ ਦਾ ਰੱਖਿਆ ਵੀ ਜਿਹੜਾ ਹਰੇਕ ਬੰਦਾ ਕ੍ਰੋਸ ਕਰਾ ਕੇ ਲੈ ਜੇ ਬੱਕਰੀ ਬਾਈ ਗੁਰਪ੍ਰੀਤ ਤੁਹਾਡੀਆਂ ਬੱਕਰੀਆਂ ਦਾ ਦੇਖ ਲਈਆਂ ਆਪਾਂ ਹਾਂ ਬਾਈ ਤੇ ਹੋਰ ਕਿਹੜੇ ਕਿਹੜੇ ਤੁਹਾਡੇ ਕੋਲੇ ਜਾਨਵਰ ਰੱਖੇ ਆ ਹੋਰ ਬਾਈ ਮੇਰੇ ਕੋਲੇ ਘੋੜੀਆਂ ਘੋੜੀਆਂ ਦਾ ਪਹਿਲਾਂ ਦਾ ਕੰਮ ਹਟਾ ਘੋੜੀਆਂ ਤਾਂ ਸਹੀ ਪੁੱਛੇ ਤਾਂ ਖਾਨਦਾਨੀ ਆ ਮੇਰੇ ਪੜਤਾਦੇ ਕੋਲੇ ਸੀਗਾ ਫਿਰ ਦਾਦੇ ਕੋਲੇ ਫਿਰ ਉਦੋਂ ਬਾਅਦ ਮੇਰੇ ਡੈਡੀ ਨੇ ਨਹੀਂ ਰੱਖੀਆਂ ਉਦੋਂ ਬਾਅਦ ਫਿਰ ਮੈਂ ਰੱਖੀਆਂ ਇਹ ਵਾਲਾ ਦਾਦੇ ਤੋਂ ਬਾਅਦ ਕਹਿੰਦੇ ਪੋਤਾ ਜ਼ਰੂਰ ਆਇਆ ਤਾਂ ਹਾਂ ਹਾਂ ਤੇ ਮੈਨੂੰ ਬਾਈ ਮੇਰਾ ਦਾਦਾ ਹੀ ਦਵਾ ਕੇ ਗਿਆ ਸੀਗਾ ਠੀਕ ਹੈ ਉਹ ਮੇਰੇ ਦੂਜੇ ਤਾਏ ਕਹਿੰਦੇ ਰੱਖੀਆਂ ਸੀਗਾ ਤੇ ਉਹ ਤਾਇਆ ਮੈਨੂੰ ਨੇ ਤਾਰਦਾ ਹੀ ਘੋੜੀ ਲਿਆ ਕੇ ਤੇ ਫਿਰ ਮੇਰੇ ਦਾਦੇ ਨੇ ਆਖਤਾ ਦਾ ਲਾਇਆ ਉਹ ਤੇ ਅਸੀਂ 2007 ਚ ਲਿਆਂਦੀ ਸੀ ਪਹਿਲੀ ਘੋੜੀ ਹੁਣ ਤਾਂ ਬਈ ਘੋੜੀਆਂ ਦਾ ਵੀ ਨਵੇਂ ਮੁੰਡੇ ਬਹੁਤ ਟ੍ਰੈਂਡ ਚੱਲਿਆ ਹੈ ਨਾ ਚੰਗੀ ਗੱਲ ਆ ਬਈ ਜੇ 13 ਦਾ ਜਮਾ ਰੱਸਾ ਲਾਉਣ ਵਾਲਾ ਕੰਮ ਹੀ ਹੋ ਗਈ ਵਿੱਚ ਪਿਛਲੇ ਜੇ ਸਾਲਾਂ 'ਚ ਸਾਡੇ ਪਿੰਡ ਦੇ ਵੀ ਰੱਖਦੇ ਉਦੋਂ ਬਈ ਪਤਾ ਕੀ ਗੱਲ ਸੀਗੀ ਇਹ ਜਿਹੜਾ ਸ਼ੌਂਕ ਆ ਨਾ ਘੋੜੀ ਦਾ ਇਹ ਮਨ ਮਾਰ ਕੇ ਇਹਦੀ ਪੂਜਾ ਕਰਨੀ ਪੈਂਦੀ ਆ ਤੇ ਪਰ ਇਹ ਜਿਹੜੀ ਇਹਦੀ ਪੂਜਾ ਕਰੀ ਆ ਨਾ ਇਹ ਦੇਵਤੇ ਇਹਨਾਂ ਦੀ ਪੂਜਾ ਕਰੀ ਵਿਅਰਥ ਨਹੀਂ ਜਾਂਦੀ ਜਿਹੜੇ ਉਦੋਂ ਦੇ ਰੱਖੀ ਬੈਠੇ ਬਈ ਆ ਹੁਣ ਮੈਂ ਬਾਈ ਹਾਂ ਦੇਖਿਆ ਤੇ ਲੈ ਗਏ ਬਈ ਖੱਟ ਕੇ ਆ ਭਲਵਾਨ ਵਰਗੇ ਅਮਲੂ ਵਾਲੇ ਵਰਗੇ 20-20 22-22 ਸਾਲ ਹੋ ਗਏ ਮੇਰੇ ਨਾਲ ਦੀਆਂ ਰੱਖੀਆਂ ਤੇ ਹੁਣ ਵੇ ਜੱਟ ਦੀ ਸਾਰੇ ਪੰਜਾਬ ਚ ਧੋਮਾ ਹਾਂ ਉਦੋਂ ਵਿੱਚ ਜੇ ਕਹਿਣ ਲੱਗ ਗਏ ਸੀ ਇਹਦੇ ਸਾਰੇ ਪੈਲੀਆਂ ਪੂਲੀਆਂ ਵੇਚਣਗੇ ਕਿਹੜੇ ਗਦਾਉੜਾ ਇਹ ਬਾਈ ਕਿਤੇ ਘੋੜੀਆਂ ਵਾਲਿਆਂ ਨੇ ਪੈਲੀਆਂ ਵੇਚੀਆਂ ਬਾਈ ਹੁਣ ਜੇ ਅਸੀਂ ਵੀ ਪਿੰਡ ਆਪਣਾ ਦੱਸਣਾ ਹੁੰਦਾ ਬਈ ਅਵਲੂ ਵਾਲਾ ਕਹਿੰਦਾ ਕਿਹੜਾ ਤੇ ਜਦੋਂ ਸਮੁੰਦਰ ਘੋੜੇ ਦਾ ਨਾਮ ਲੈਨੇ ਤੇ ਭਲਵਾਨ ਦਾ ਲੈਨੇ ਅਗਲਾ ਠੀਕ ਆ ਉਦੋਂ ਗੱਲ ਬਣ ਜਾਂਦੀ ਹੈ ਨਾ ਵੀ ਵਾਕਈ ਯਾਰ ਕਿਸੇ ਪਿੰਡ ਚੀਜ਼ ਹੈਗੀ ਹਨਾ ਅਵਲੂ ਵੀ ਪਿੰਡ ਫਿਰ ਦੋ ਗੱਲਾਂ ਤੇ ਮਸ਼ਹੂਰ ਆ ਬਾਈ ਇੱਕ ਗੇਜਾ ਸਰਪੰਚ ਤੇ ਦੂਜਾ ਸਮੁੰਦਰ ਭਲਵਾਨ ਦਾ ਘੋੜਾ ਤੇ ਤੀਜਾ ਪਿੰਡ ਬਰਾੜਾਂ ਦਾ ਹਾਂ ਸਿੱਧੂ ਬਰਾੜਾ ਅਵਲੂ ਬਾਈ ਅਵਲੂ ਜੋ ਘੱਟੋ ਘੱਟ 20-25 ਪਿੰਡ ਵੱਜੇ ਅਵਲੂ ਪਿੰਡ ਬਰਾੜਾਂ ਦਾ ਠੀਕ ਹੈ ਇਹਦੇ ਚੋਂ ਵੇਖ ਲੈ ਕਾਇ ਮਹਿਮੇ ਕੋਟਲੀ ਭਈਆ ਦੱਸਿਓ ਕਿਹੜੀ ਨਸਲ ਨੂਸਲ ਆ ਇਹ ਮੈਨੂੰ ਤਾਂ ਕਿਉਂਕਿ ਇਹਦਾ ਇੰਨਾ ਜ਼ਿਆਦਾ ਇਹ ਬਾਈ ਗਰੜੀ ਚੰਬੀ ਆ ਤੇ ਇਹ ਭਾਗਸਰ ਵਾਲੇ ਸੁਲਤਾਨ ਘੋੜੇ ਦੀ ਕਰਕੇ ਦਿੱਤੀ ਆਪਾਂ ਨੂੰ ਤੇ ਹੋਊ ਵੀ ਉਸੇ ਦੀ ਕਿਉਂ ਇਹਦਾ ਮੂੰਹ ਮੜੰਗਾ ਉਹਦਾ ਠੀਕ ਹੈ ਤੇ ਇਹ ਘੋੜੀ ਦੀ ਯਾਰ ਕਹਾਣੀ ਵੱਖਰੀ ਹੈ ਘੋੜੀ ਆਪਾਂ ਜਮਾਂ ਬਸ ਨਾ ਇਹਦੇ ਇਕੱਲੇ ਸਾਹ ਹੀ ਵਗਦੇ ਸੀ ਠੀਕ ਹੈ ਇਹਦੇ ਵਿੱਚ ਕੁਛ ਨਹੀਂ ਸੀਗਾ ਪਾਪੜ ਬਣੀ ਪਈ ਸੀ ਬਾਈ ਇਹ ਮੈਂ 9ਵੇਂ ਮਹੀਨੇ ਦੀ 22-23 ਤਰੀਕ ਦੀ ਖਰੀਦੀ ਆ ਖਰੀਦੀ ਮੈਂ ਵੀ ਨਹੀਂ ਸੀ ਕਿਸੇ ਯਾਰ ਦੋਸਤ ਨੂੰ ਦਵਾਈ ਸੀਗੀ ਠੀਕ ਹੈ ਉਹ ਥੋੜੀ ਜਿਹੀ ਘੋੜੀ ਨਾ ਗਰਮ ਆ ਇਹ ਗਰਮ ਨਹੀਂ ਹੈ ਡਰੀ ਆ ਘੋੜੀ ਕੁੱਟ ਮਾਰ ਵਾਲੀ ਹੋਈ ਆ ਮਗਰੇ ਦੀ ਠੀਕ ਹੈ ਇਹਨੂੰ ਸਾਂਭਣ ਵਾਲਾ ਹੈ ਹਾਂ ਉਹ ਜਿਹੜਾ ਮੁੰਡਾ ਇਹਦਾ ਮਾਲਕ ਸੀਗਾ ਉਹ ਨਾ ਬਾਹਰ ਉੱਠ ਗਿਆ ਠੀਕ ਹੈ ਉਹ ਮਲੇਸ਼ਗਾ ਉੱਠ ਗਿਆ ਉਹਦਾ ਡੈਡੀ ਸਾਂਭਦਾ ਸੀਗਾ ਤੇ ਪਰ ਉਹ ਵਿਚਾਰਾ ਬਜ਼ੁਰਗ ਯਾਰ ਆਪ ਹਨਾ ਗੋਡਿਆਂ ਦਾ ਰਹੀ ਸੀ ਉਹ ਦੂਰੋਂ ਇਹਨੂੰ ਪੱਠੇ ਜ਼ਰੂਰ ਪਾ ਦਿੰਦਾ ਸੀਗਾ ਪਰ ਇਹਦੀ ਕੇਅਰ ਹੈ ਨਹੀਂ ਸੀ ਹਾਂ ਆਪਣੇ ਹਾਂ ਬਾਈ ਇਹਦੇ ਬਾਈ ਨਾ ਆਹ ਚੀਜ਼ਾਂ ਵਿਚਾਰੀ ਦੇ ਨਾ ਇੱਥੇ ਸਾਰੇ ਫਰਸ਼ ਤੇ ਲੇਟੇ ਲੂਟੇ ਮਾਰ ਕੇ ਰਗੜਾਂ ਵੱਜੀਆਂ ਸੀ ਆਹ ਥਾਂ ਤੇ ਜੇ ਆਹ ਜਿਵੇਂ ਆਪਾਂ ਇਉਂ ਜਦੋਂ ਚੁੰਡੀ ਭਰਦੇ ਸੀ ਨਾ ਤੇ ਇਹਦੇ ਆਹ ਚੀਜ਼ਾਂ ਜਮਾਂ ਪਾਪੜ ਬਣੀ ਪਈ ਸੀਗੀ ਇਹਦੇ 'ਚ ਪਾਣੀ ਦਾ ਤੰਤ ਹੈ ਨਹੀਂ ਸੀ ਇਹਦੇ 'ਚ ਤੇ ਆਪਾਂ ਇਹ ਲਿਆ ਕੇ ਪਹਿਲਾਂ ਤਾਂ ਇਹਦੀ ਡੀ ਵਰਮਿੰਗ ਕਰੀ ਠੀਕ ਹੈ ਫਿਰ ਇਹਦੇ ਬਾਈ ਉਹ ਲਾਇਆ ਟੋਪੀ ਕੇਅਰ ਕੂਰ ਫਿਰ ਇਹਨੂੰ ਮੈਂ ਤਿਲਾਂ ਦਾ ਤੇਲ ਸਟਾਰਟ ਕਰਿਆ ਠੀਕ ਹੈ ਤੇ ਤਿਲਾਂ ਦਾ ਤੇਲ ਦਿੱਤਾ ਵੈਟ ਵਿੱਚ ਦਿੱਤੀ ਫਿਰ ਇਹ ਮੈਂ ਡਾਕਟਰ ਤੋਂ ਚੈੱਕ ਕਰਾਈ ਗੁਰਪ੍ਰੀਤ ਤੋਂ ਦਿਵਾਉਣ ਵਾਲੇ ਤੋਂ ਠੀਕ ਹੈ ਤੇ ਉਹਨੇ ਇਹਦੇ ਆਪਣਾ ਅੰਦਰ ਜਾਣੀ ਦਵਾਈ ਦਵੂਈ ਛੱਡੀ 2-3 ਦਿਨ ਇਨਫੈਕਸ਼ਨ ਸੀਗੀ ਸੈੱਟ ਹੋ ਗਈ ਠੀਕ ਹੈ ਤੇ ਹੁਣੇ ਬਾਈ ਓਕੇ ਰਿਪੋਰਟ ਆ ਲੱਭਣਾ ਬਈ ਇਹ ਨਹੀਂ ਬਾਈ ਇਹ ਕੱਲ ਹੀਟ ਚ ਆਈ ਸੀ ਤੇ ਮੈਂ ਹਜੇ ਨਹੀਂ ਮਲਾਉਂਦਾ ਮੇਰਾ ਇਰਾਦਾ ਇਹ ਫਰਵਰੀ ਦੇ ਲਾਸਟ ਚ ਮਲਾਉਂ ਜਿਹੜੀ ਆ ਦਿਨਾਂ ਚ ਸੂਵੇ ਠੀਕ ਹੈ ਤੇ ਇਹਦੀ ਆਪਾਂ ਬਈ ਪੂਜਾ ਹੀ ਕਰੀ ਆ ਤੇ ਕੁਛ ਦੇ ਕੇ ਜਾਊ ਹਾਂ ਸੋਹਣੀ ਹੋ ਕਰਨੀ ਹਾਂ ਇਹ ਘਾਟਾ ਨਹੀਂ ਪਾਉਂਦੀ ਬਾਈ ਜਿੱਦੇ ਦਿੱਤਾ ਨਾ ਇਹਨੇ ਉਹਦੇ ਰਜਾ ਦੂਗੀ ਠੀਕ ਹੈ ਇਹ ਘੋੜੀ ਬਈ ਫਿਰ ਇਹ ਬਾਈ ਘੋੜੀ ਛੇਰੂ ਘੋੜੇ ਦੀ ਆ ਜਿਹੜਾ ਹਬੋਰ ਵਾਲਾ ਛੋਟਾ ਘੋੜਾ ਸੀ ਠੀਕ ਹੈ ਮੈਂ ਵੱਧਰ ਵਾਲੇ ਸਿੰਧੂ ਤੋਂ ਗਿਆ ਸੀਗਾ ਹਬੋਰ ਬਾਬੇ ਕਰਤਾਰ ਕੇ ਫਾਰਮ ਤੇ ਠੀਕ ਹੈ ਠੀਕ ਹੈ ਉੱਥੋਂ ਇਹ ਘੋੜਾ ਆ ਗਿਆ ਸੀਗਾ ਇੱਧਰ ਬੱਲੂਆਣੇ ਵਾਲੀ ਸਾਈਡ ਉੱਧਰ ਹਬੋਰ ਇਰਗੇ ਜੀ ਉੱਥੋਂ ਲਿਆਇਆ ਮਣੀ ਡਾਕਟਰ ਢਾਬਾਂ ਵਾਲੇ ਕੋਠਿਆਂ ਵਾਲਾ ਠੀਕ ਹੈ ਆਪਣੇ ਹਾਂ ਢਾਬਾਂ ਵਾਲੇ ਕੋਠਿਆਂ 'ਚੋਂ ਉੱਠ ਕੇ ਚੰਨੀ ਕੋਲੇ ਰਾਜਸਥਾਨ 'ਚ ਠੀਕ ਹੈ ਹੁਣ ਉਹ ਚੰਨੀ ਕੋਲੋਂ ਘੋੜਾ ਗਾਂ ਤੁਰ ਗਿਆ ਘੋੜਾ ਬਸ ਹੀਰੇ ਹੀ ਸੀ ਕਿੰਨੀ ਕਿ ਬਈ ਇਹਦੀ ਇਹ ਘੋੜੀ ਦੀ ਉਮਰ ਬਈ 7 ਸਾਲ ਆ ਕਿੰਨੇ ਸੂਏ ਦੇ ਗਈ ਆਪਣੇ ਕੋਲੇ ਇਹ ਮੇਰੇ ਕੋਲੇ ਨਹੀਂ ਸੂਈ ਇਹ ਤਾਰੇ ਡਾਕਟਰ ਹੋਰਾਂ ਕੋਲੇ ਮਗਰ ਸੂਈ ਆ ਇਹ ਹੁਣ ਮੇਰੇ ਕੋਲੇ ਚੌਥੇ ਸੂਏ ਸੁਣਾ ਇਹਨੇ ਠੀਕ ਆ ਹੇਅਰ ਸਟਾਈਲ ਇਹਦਾ ਸੋਹਣਾ ਹਾਂ ਬਾਈ ਇਹ ਗੋਲਡਨ ਜਾਚ ਆ
ਤੇ ਜਿਹੜੀਆਂ ਇੰਸਟਾਗ੍ਰਾਮ ਤੇ ਬਣਾਉਣਾ ਤਾਂ ਇਹਦੇ ਨਾਲ ਇਹਦੇ ਨਾਲ ਹੀ ਪਾਉਣਾ ਬਾਈ ਇਹਦੇ ਨਾਲ ਹੀ ਪਾਉਣਾ ਹੈਲਦੀ ਨਹੀਂ ਹੈ ਨਾ ਜਿਵੇਂ ਉਹ ਮੰਨ ਲਾ ਕੈਮਰੇ ਦੀ ਸ਼ਕੀਨ ਹੈ ਮੈਂ ਨਾ ਯਾਰ ਇਹ ਬਸ ਕੋਈ ਕੁਦਰਤ ਕਹਿੰਦੇ ਹੋਣਾ ਗੋਡ ਗਿਫਟ ਹੀ ਹੈ ਇਹਨੂੰ ਭਾਵੇਂ ਐਂ ਠੱਲ ਲਾ ਐਂ ਇਹਨੇ ਨਾ ਕਿਸ ਕਰ ਲਾ ਤੇ ਜਦੋਂ ਮੰਨ ਕੇ ਚੱਲ ਮੈਂ ਨਾ ਇੱਧਰੋਂ ਗ੍ਰਿਡ ਕੋਲੇ ਆ ਗਿਆ ਉਦੋਂ ਇਹ ਘਰੇ ਦੱਸਦੀ ਆ ਵੀ ਹਾਂ ਬੰਦਾ ਆਉਂਦਾ ਆਪਣਾ ਮਾਲਕ ਦੀ ਇਹਦੇ ਤੇ ਬੱਚੇ ਸਵਾਰੀ ਕਰਦੇ ਆ ਠੀਕ ਹੈ ਠੰਡੀ ਵਾਲੀ ਆ ਇਹ ਜਿਹੜੇ ਭਰਾ ਨੇ ਨਵੇਂ ਨੇ ਰੱਖਣੀਆਂ ਬਾਈ ਚੋਕਰ ਪਵੇ ਛੋਲਿਆਂ ਦੀ ਚੂਰੀ ਜਮੀ ਪਵੇ ਠੀਕ ਆ ਘੋੜੀ ਨੂੰ ਕਦੇ ਛੇਤੀ ਦਰਦ ਨੀ ਆਉਂਦਾ ਜੇ ਬਾਈ ਹੁਣ ਉਹਨੂੰ ਬੰਨੀ ਰੀਨ ਵਾਲੀ ਤੂੜੀ ਤੇ ਦਿੱਤਾ ਜਾਂ ਮੂੰਗਫਲੀ ਦਾ ਨੀਰਾ ਰੇਤ ਵਾਲਾ ਉਵੇਂ ਚੱਕ ਕੇ ਸਿੱਟਤਾ ਫੇਰ ਤਾਂ ਉਹ ਆਪਣਾ ਕਰਮਾਂ ਦਾ ਫਰਕ ਨੀ ਨਾ ਫਿਰ ਤਾਂ ਆਪਦੇ ਹੱਥ ਪੇਰੀ ਤੇ ਘੋੜੀ ਬਾਈ ਜਿਹਨੇ ਰੱਖਣੀ ਆ ਚੰਗੀ ਨਸਲ ਦੀ ਘੋੜੀ ਲਓ ਗੱਬਣ ਘੋੜੀ ਲਓ ਜਿਹੜਾ ਨਵਾਂ ਬੰਦਾ ਜੇ ਉਹ ਵਛੇਰੀ ਲੈ ਲੈਂਦਾ ਵਛੇਰੀ ਤੇ ਉਹ ਅੱਕ ਜਾਂਦਾ ਜਦੋਂ ਉਹਨੂੰ ਵਛੇਰੀ ਨੇ ਕੋਈ 4 ਰੁਪਏ ਦੇਣੇ ਗੱਬਣ ਹੋ ਕੇ ਉਦੋਂ ਨੂੰ ਬੰਦਾ ਅੱਕ ਜਾਂਦਾ ਉਹਦੇ ਝਾਕਦਾ ਉਹਦੇ ਕੰਨੀ ਜੇ ਗੱਬਣ ਘੋੜੀ ਲਈ 2-4 ਮਹੀਨਿਆਂ ਦੀ ਤੇ ਉਹ 11 ਮਹੀਨਿਆਂ ਤੋਂ ਘੋੜੀ ਸੂੰਦੀ ਹੈ 5 ਦੀ ਗੱਬਣ ਲਈ 6 ਤੋਂ ਸੂਪੀ ਜੇ ਉਹਨੇ ਚੰਗੀ ਵਛੇਰੀ ਦੇਤੀ ਬੰਦੇ ਦਾ ਆਟੋਮੈਟਿਕ ਹੀ ਖੂਨ ਵਧਣ ਲੱਗ ਪੈਂਦਾ ਹਨਾ ਤੇ ਜਿਹੜੀ ਵਛੇਰੀ ਹੁੰਦੀ ਆ ਕਈ ਵਾਰੀ ਰੱਬ ਨਾ ਕਰੇ ਪਹਿਲੀ ਵਾਰੀ ਮਲਾਈ ਉਹ ਖਾਲੀ ਨਿਕਲ ਗਈ ਹਨਾ ਤੇ ਉਦੋਂ ਨੂੰ ਬੰਦੇ ਦਾ ਯਾਰ ਮਨ ਫਿੱਕਾ ਪੈ ਜਾਂਦਾ ਵੀ ਯਾਰ ਇਹਨੇ ਤਾਂ ਘੋੜਿਆਂ ਦੀਆਂ ਫੀਸਾਂ ਹੀ ਹਾਂ ਬਾਈ ਘੋੜਿਆਂ ਦੀਆਂ ਫੀਸਾਂ ਚੰਗੇ ਘੋੜੇ ਦੀ ਤਾਂ ਫਿਰ ਫੀਸ ਵੀ ਚੰਗੀ ਆ ਤੇ ਜਦੋਂ ਫੀਸ ਅਗਲਾ ਦੇ ਕੇ ਬੱਚਾ ਆਉਂਦਾ ਫਿਰ ਉਦੋਂ ਚਿੱਠੇ ਤਾਰ ਦਿੰਦਾ ਨਾ ਹੁਣ ਗੱਬਣਾ ਬਾਈ ਹਾਂ ਇਹ ਘੋੜੀ ਗੱਬਣਾ ਬਾਈ ਤੁਹਾਡੇ ਨਾਲ ਹੀ ਬੈਠਾ ਸੀ ਕੱਲਾ ਵਾਲੇ ਨਛੱਤਰ ਵਰਗੀ ਪੱਗ ਬੱਧੀ ਸੀ ਉਹਦੇ ਬੰਦਾ ਉਹ ਵੀ ਯਾਰਾਂ ਦਾ ਯਾਰ ਹੀ ਹੈ ਚੰਗੇ ਪੈਸੇ ਲੈ ਗਿਆ ਵੱਟ ਕੇ ਹਾਂ ਉਹ ਬੰਦਾ ਜਾਨਵਰ ਕਾਫੀ ਲਿਆਇਆ ਸੀ ਘੋੜਾ ਤਾਂ ਨੀ ਲਿਆਇਆ ਟਰੱਕ ਭਰ ਕੇ ਲਿਆਇਆ ਸੀ ਹਾਂ ਜਾਨਵਰ ਬਹੁਤ ਲਿਆਇਆ ਸੀਗਾ ਬੈਠਾ ਰਿਹਾ ਮੇਰੇ ਕੋਲ 2 ਦਿਨ ਉੱਥੇ ਠੀਕ ਚਲੋ ਗਾਂ ਵਿਖਾਓ ਕਬੂਤਰ ਆਪਣੇ ਕੋਲ ਆ ਜਾ ਬਾਈ ਲੈ ਬਾਈ ਮਿੱਤਰੋ ਘੋੜੀਆਂ ਤੋਂ ਬਾਅਦ ਬਾਈ ਦਾ ਹੈਗਾ ਸ਼ੌਂਕ ਕਬੂਤਰਬਾਜ਼ੀ ਦਾ ਵੀ ਤੇ ਚੰਗੇ ਚੀਨੇ ਕਬੂਤਰ ਰੱਖੇ ਆ ਮੰਨ ਲਓ ਸਾਰਾ ਘਰ ਜਾਨਵਰਾਂ ਪੰਛੀਆਂ ਨਾਲ ਮੋਹ ਪਿਆਰ ਨਾਲ ਭਰਿਆ ਬਾਈ ਦਾ ਇੱਕ ਪਾਸੇ ਪੱਠੇ ਆ ਇੱਕ ਪਾਸੇ ਜੋੜੀਆਂ ਬਈ ਇਹ ਬਾਜੀਆਂ ਤੇ ਵੀ ਛੱਡਦੇ ਆ ਕਬੂਤਰ ਹਾਂ ਬਾਈ ਹਾਂ ਬਾਜੀਆਂ ਤੇ ਲੈਣੇ ਆ ਪੰਗੇ ਐਂਟਰੀਆਂ ਭਰੀਆਂ ਪੂਰੀਆਂ ਆ ਕਿਹੜੇ ਆ ਇਹ ਉੱਡਣ ਵਾਲੇ ਹੀ ਆ ਬਾਈ ਸਾਰੇ ਬਾਜੀਆਂ ਵਾਲੇ ਹੀ ਆ ਇਹ ਜਿਹੜੇ ਬਾਈ ਵਿੱਚ ਇਹਦੇ ਜੋੜੀਆਂ ਵਿੱਚ ਪੱਠੇ ਆ ਬਲੱਡ ਲੈਣ ਕਹਿੰਦੇ ਆ ਆਪਾਂ ਬੱਕਰੀਆਂ ਚ ਘੋੜੀਆਂ ਚ ਇਹ ਵੀ ਹੈ ਇਹਨਾਂ ਦਾ ਹਾਂ ਹਾਂ ਬਾਈ ਇਹਨਾਂ ਦਾ ਬਲੱਡ ਲੈਣਾ ਇਹ ਕਈ ਨਸਲਾਂ ਬਾਈ ਇਹ ਜਿਵੇਂ ਹੁਣ ਵਿੱਚ ਜਾਂਟੇ ਵਾਲੇ ਆ ਗਏ ਠੀਕ ਹੈ ਬਾਦਲ ਵਾਲੇ ਆ ਗਏ ਕੁਛ ਬਾਬੇ ਬੋੜ ਮਦੀਰ ਵਾਲੇ ਦੇ ਆ ਗਏ ਇਉਂ ਅੱਡੋ ਅੱਡ ਨਸਲਾਂ ਇਹ ਇਹਨਾਂ ਦਾ ਫਿਰ ਖੂਨ ਮੈਚ ਕਰਕੇ ਉਵੇਂ ਜਿਵੇਂ ਤਾਪ ਪੈਂਦਾ ਕਬੂਤਰ ਕਬੂਤਰੀ ਦਾ ਉਵੇਂ ਤਾਪ ਆ ਕੇ ਫਿਰ ਬੱਚੇ ਡਾਈ ਦੇ ਉਹਨਾਂ ਦੇ ਪੱਠੇ ਤਿਆਰ ਆ ਹਾਂ ਬਾਈ ਐਂਟਰੀਆਂ ਭਰੀ ਬੈਠੇ ਆ ਛੱਡਣ ਵਾਲੇ ਹੀ ਆ ਜਾਣਾ ਨੇੜੇ ਕਿਹੜੀ ਬਾਜੀ ਆਪਣੀ ਜਿਹੜੀ ਪਹਿਲੀ ਬਾਜੀ ਛੱਡੋਗੇ ਪਹਿਲੀ ਬਾਜੀ ਬਾਈ ਆ ਜਾਣਗੀਆਂ ਆ ਫਰਵਰੀ ਚ ਬਾਜੀਆਂ ਚ ਸਟਾਰਟ ਆ ਠੀਕ ਹੈ ਆਪਾਂ ਆਪ ਵੀ ਕਰਾਉਣੇ ਹੁੰਦੇ ਐਂਟਰੀਆਂ ਆਪਾਂ ਵੀ ਭਰਾਂਗਾ ਸਾਡੇ ਪਿੰਡ ਛੱਡ ਦੇਣਾ ਮਨੋਂ ਦਾ ਇੱਕ ਹਾਂ ਇੱਕ ਤੁਹਾਡੇ ਪਿੰਡ ਬੁੱਟਰਸਰੀ ਇਹ ਨੇੜੇ ਨੇੜੇ ਪਿੰਡਾਂ 'ਚ ਛੱਡਦੇ ਹਾਂ ਠੀਕ ਹੈ ਸਾਡਾ ਪਿੰਡ ਤਾਂ ਥੋੜ੍ਹਾ ਜਿਹਾ ਵੱਡਾ ਬਾਲਾ ਆ ਗਿਆ ਨਾ ਸਾਡੇ ਪਿੰਡ ਤਾਂ ਫਿਰ 3 ਪਿੰਡਾਂ ਵਾਲੀ ਗੱਲ ਆ ਹੁਣ ਇੱਕ ਕਬੂਤਰ ਤਾਂ ਇੱਥੇ ਸਾਡੇ ਘਰਾਂ 'ਤੇ ਉੱਡੀ ਜਾਂਦਾ ਇੱਕ ਉਹ ਪਿੰਡ ਦੇ ਪਰਲੇ ਪਾਸੇ ਫਿਰ ਉਹ ਪਤਾ ਨਹੀਂ ਲੱਗਦਾ ਠੀਕ ਹੈ ਹਾਂ ਇਹ ਪਿੰਡ ਵੀ ਵੇਖ ਕੇ ਛੱਡਣਾ ਪੈਂਦਾ ਹਾਂ ਹਾਂ ਛੋਟੇ ਪਿੰਡ 'ਤੇ ਬਾਈ ਜਾਨਵਰ ਦੀਂਦੇ ਰਹਿੰਦੇ ਆ ਅਤੇ ਪਤਾ ਲੱਗਦਾ ਰਹਿੰਦਾ ਬਾਕੀ ਛੋਟੇ ਪਿੰਡ 'ਤੇ ਜਾਨਵਰ ਹਰੇਕ ਦਾ ਖੜ੍ਹ ਜਾਂਦਾ ਵੱਡੇ ਪਿੰਡ 'ਤੇ ਕੋਈ ਕੰਨੀ ਤੇ ਉੱਡਦਾ ਕੋਈ ਕਿਵੇਂ ਉਹ ਲੋਟ ਨਹੀਂ ਆਉਂਦਾ ਕੰਮ ਵੱਡੇ ਪਿੰਡਾਂ ਦੀ ਇਹ ਖੇਡ ਨਹੀਂ ਠੀਕ ਹੈ ਠੀਕ ਇਹ ਤਾਂ ਬਾਈ ਸ਼ੌਂਕ ਬਹੁਤ ਕਲੱਲਾ ਸ਼ੌਂਕ ਹੈ ਤਾਂ ਯਾਰ ਇਹ ਤੇ ਬਾਈ ਨਹੀਂ ਕਰਦੇ ਕਬੂਤਰ ਵਾਲੇ ਜਾਂ ਨਹੀਂ ਬਾਈ ਇਹ ਤਾਂ ਐਵੇਂ ਗੱਲਾਂ ਗੱਲਾਂ ਬਾਈ ਇਹ ਤਾਂ ਸਾਡੇ ਕੋਲੇ ਅਸੀਂ 30 ਕਿੱਲਿਆਂ ਦੀ ਵਾਹੀ ਕਰਦੇ ਆ ਠੀਕ ਹੈ ਨਾਲ ਸਾਰੇ ਸ਼ੌਂਕ ਪਕਾਏ ਆ ਠੀਕ ਹੈ ਕਦੇ ਅਸੀਂ ਮੰਨ ਕੇ ਚੱਲ ਜਦੋਂ ਕੋਈ ਝੋਨੇ ਵੇਲੇ ਕਾਸਾ ਉਦੋਂ ਤਾਂ ਭਾਵੇਂ ਦਿਹਾੜਗਾ ਪਾਲ ਗਏ ਨਹੀਂ ਅਸੀਂ ਦੋਨੇ ਭਰਾ ਹੱਥੀ ਮਿਹਨਤ ਕਰਦੇ ਆ ਤੜਕੇ 7 ਵਜੇ ਉੱਠ ਕੇ ਪਾ ਕੇ ਪੱਠੇ ਜਾਨਵਰਾਂ ਨੂੰ ਕਬੂਤਰਾਂ ਨੂੰ ਦਾਣੇ ਰੱਖ ਕੇ ਬਾਕੀ ਬਾਈ ਕੁੱਤਿਆਂ ਨੂੰ ਪਾ ਕੇ ਰੋਟੀ ਪਾਣੀ ਕੁੱਤੇ ਵੀ ਹੈਗੇ ਮੇਰੇ ਕੋਲੇ ਪਪੇਰੀ ਹੈ ਨਾ ਤੇ ਪਾ ਕੇ ਜਾਨਵਰਾਂ ਨੂੰ ਸਾਰਿਆਂ ਨੂੰ ਦਾਣਾ ਪਾਣੀ ਤੇ ਅਸੀਂ ਖੇਤ ਉੱਠ ਜਾਣਾ ਤੇ ਫਿਰ 3 ਵਜੇ ਆਉਂਦਾ ਸਾਡਾ ਇੱਕ ਜਾਣਾ ਆ ਕੇ ਜਾਨਵਰ ਸਾਂਭਦਾ ਇਹ ਤਾਂ ਬਾਈ ਐਵੇਂ ਗੱਲਾਂ ਬਣਾਈਆਂ ਜਿਹੜਾ ਪੰਜਾਬ ਆ ਨਾ ਇਹ ਪੰਜਾਬ 'ਚ ਹਾਈ ਗੱਲਾਂ ਤਾਂ ਲੋਕਾਂ ਨੂੰ ਫੇਲ ਕਰੀ ਬੈਠੀਆਂ
ਵਿਹਲੜ ਰਹਿ ਕੇ ਖੁਸ਼ ਆ। ਪੰਜਾਬ ਚ ਬੇਰੁਜ਼ਗਾਰੀ ਨੀ ਜੇ ਕੋਈ ਆਖੇ ਬੇਰੁਜ਼ਗਾਰੀ ਆ, ਵਿਹਲੜ ਪੁਣਾ ਵਾਲਾ ਠੀਕ ਹੈ। ਹੁਣ ਬੇਰੁਜ਼ਗਾਰ ਆਖੀ ਜਾਂਦੇ ਬੇਰੁਜ਼ਗਾਰ, ਉੱਥੇ ਤਾਸ਼ ਕੁੱਟੀ ਜਾਂਦੇ ਆ, ਕਿਤੇ ਕੋਈ ਕੰਮ ਚ ਹੱਥ ਡਾਲੋ ਕੋਈ 10,000-15,000 ਤਾਂ ਮਹੀਨੇ ਦਾ ਮਿਲੂਗਾ ਹੀ। ਬਾਕੀ ਆਪਣੇ ਹਰੇਕ ਫਸਲ ਹਰੇਕ ਫਲ ਫਰੂਟ ਹਰੇਕ ਬਾਈ ਪੰਜਾਬ ਸੋਨੇ ਦੀ ਚਿੜੀ ਕਾਹਤੋਂ ਆਦੇ ਆ, ਇਸੇ ਗੱਲਾਂ ਚ ਹੀ ਆਦੇ ਆ। ਬਾਹਰਲੀਆਂ ਸਟੇਟਾਂ ਚ ਓਨੀ ਫਸਲ ਨਹੀਂ ਹੁੰਦੀ ਜਿੰਨੀ ਆਪਣੇ ਪੰਜਾਬ ਚ ਹੁੰਦੀ ਆ। ਸਹੀ ਗੱਲ ਆ। ਘੱਟੋ ਘੱਟ ਮੈਨੂੰ ਲੱਗਦਾ ਨਾ ਵਾਲਾ ਇੰਡੀਆ ਦਾ 45-40% ਹਿੱਸੇ ਨੂੰ ਚੌਲ ਪੰਜਾਬ ਚੋਂ ਪੈਦਾ ਕਰਕੇ ਹੁੰਦਾ। ਹਾਂ, ਸਾਰੀਆਂ ਵਾਪਣੀ ਜਾਂਦੇ ਆ। ਹਾਂ, ਅੱਧਾ ਹਿੰਦੁਸਤਾਨ ਆਪਣੇ ਪੰਜਾਬ ਤੇ ਰੋਟੀ ਖਾਂਦਾ ਖਾਂਦਾ ਬਈ ਖਾਂਦਾ ਬਈ ਮੇਰੀ ਗੱਲ ਸੁਣ, ਆਪਣੇ ਪੰਜਾਬੀ ਦਾ ਦੇ ਅਸੀਂ ਬੇਰੁਜ਼ਗਾਰ ਹਾਂ, ਤੇ ਜਿਹੜੇ ਯੂਪੀ ਤੇ ਬਿਹਾਰੀ ਗਏ ਆ ਕੇ ਇੱਥੇ ਕਮਾਈ ਕਰਕੇ, ਆ ਪਿੱਛੇ ਜੇ ਵੀਡੀਓ ਆਈ 9 ਲੱਖ ਰੁਪਇਆ ਲਈ ਫਿਰਦਾ ਸੀ ਮੋਮੋ ਵਾਲਾ, ਹਾਂ ਮੋਮੋ ਵਾਲਾ, ਉਹਨੇ ਜੇ ਕਮਾਈ ਕਰੀ ਤਾਂ ਫੇਰ ਹੀ ਆ। ਆਪਣੇ ਕੀ ਆ, ਆਪਾਂ ਨੂੰ ਸੰਗ ਸ਼ਰਮ ਹੀ ਲਈ ਬੈਠੀ ਆ। ਸਾਡੇ ਮਦਨ ਨੂੰ ਆਪਦੀ ਗੱਲ ਦੱਸਦਾ, ਮੇਰੇ ਇੱਕ ਦਿਨ ਇੱਥੇ ਨਾ ਕੂੜੇ ਵਾਲੀ ਨਹੀਂ ਆਈ ਤੇ ਅਸੀਂ ਦੋਨੇ ਭਰਾ ਗੋਹਾ ਕੂੜਾ ਸਿੱਟੀ ਜਾਗੇ, ਠੀਕ ਆ, ਤੇ ਮੈਨੂੰ ਇੱਕ ਛਾਕ ਆ ਗਿਆ ਉਹ ਤੂੰ ਓਏ ਕੂੜਾ ਸਿੱਟਦੀ ਯਾਰ, ਕਿੱਡੀ ਕੁ ਗੱਲ ਆ, ਦੁੱਧ ਵੀ ਆਪਾਂ ਪੀਨੇ ਆ, ਬਾਹਰ ਘੋੜੀਆਂ ਤੇ ਕਰਨਾ ਪੈਂਦਾ ਨਾ, 25 ਲੱਖ ਕਰਦੇ ਆ ਬਈ, ਸਭ ਕੁਝ ਕਰਦੇ ਆ ਉੱਥੇ, ਸਫਾਈ ਨੂੰ ਵੀ ਕੰਮ ਕਹਿੰਦੇ ਆ ਬਾਈ, ਉੱਥੇ ਜਾ ਕੇ ਕੰਮ ਹੀ ਕਰਨਾ, ਬਾਹਰ ਜਾ ਕੇ ਕੰਮ ਹੀ ਕਰਦੇ ਆ, ਬਾਹਰ ਜਾ ਕੇ ਹੁਣ ਸਿੱਧਾ ਡੀਸੀ ਐਮਐਲਏ ਤਾਂ ਕੋਈ ਲੱਗ ਨਹੀਂ ਜਾ ਉੱਥੇ, ਨਾ ਤਾਂ ਐਮਐਲਏ ਬਣਦਾ ਨਾ ਡੀਸੀ ਲੱਗਦਾ, ਉਹ ਤਾਂ ਉੱਥੇ ਗੋਰੀ ਉਹਨਾਂ ਦੇ। ਹੁਣ ਕੀ ਆਖਣਾ ਆਪਣੇ ਮੁੰਡੇ ਉੱਧਰ ਜਾ ਕੇ ਐਮਪੀ ਬਣ ਗਏ ਜਿਹੜੇ ਪੁਰਾਣੇ ਪਹਿਲਾਂ ਦੇ, ਨਵੇਂ ਜਾਂਦੇ ਆ ਉਹ ਤਾਂ ਫਿਰ ਕਿਹੜਾ ਕੰਮ, ਨਵੇਂ ਜਾਂਦੇ ਤਾਂ ਬਈ ਕੰਮ ਹੀ ਕਰਦੇ ਆ ਨਾ, ਕੰਮ ਹੀ ਕਰਦੇ ਆ, ਇੱਥੇ ਸ਼ਰਮ ਆਉਂਦੇ ਰੇੜੀ ਲਾਉਣ ਲੱਗੇ, ਇਹ ਤਾਂ ਬਈ ਇਹ ਆਪਣੇ ਬਸ ਬੇਰੁਜ਼ਗਾਰੀ ਕਾਹਤੋਂ ਆ, ਆਪਣੇ ਘਰੇ ਡਰੰਮ ਚ ਦਾਣੇ ਪਏ ਹੁੰਦੇ ਆ, ਤੇ ਬਾਹਰ ਉੱਥੇ ਜਦੋਂ ਕੈਨੇਡਾ ਚ ਜਾਂਦੇ ਆ ਉੱਥੇ ਦਾਣੇ ਨਹੀਂ ਹੁੰਦੇ, ਉੱਥੇ ਪਤਾ ਜੇ ਕਮਾਵਾਂਗੇ ਤਾਂ ਖਾਵਾਂਗੇ, ਹਨਾ। ਇਹੀ ਆਪਣੇ ਪੰਜਾਬ ਚ ਸੂਲ ਹੋ ਜੇ ਵੀ ਜਿੰਨਾ ਕਮਾਓਗੇ ਤੇ ਉਨਾ ਖਾਓਗੇ, ਤੇ ਕੁੱਲ ਬੰਦਾ ਹਰੇਕ ਕੰਮ ਕਰੂ। ਸਹੀ ਗੱਲ, ਇੱਥੇ ਕਮਾਉਣ ਵਾਲਾ ਇੱਕ ਹੁੰਦਾ ਤੇ ਖਾਣ ਵਾਲਾ ਸਾਰਾ ਟੱਬਰ ਆ। ਸਹੀ ਗੱਲ ਆ ਬਾਈ, ਠੀਕ ਹੈ, ਚਲੋ ਬਾਈ ਗੁਰਪ੍ਰੀਤ ਤੁਹਾਡਾ ਧੰਨਵਾਦ ਭਰਾ, ਆਪਣੇ ਵਾਸਤੇ ਟਾਈਮ ਕੱਢਣ ਵਾਸਤੇ ਜੀ। ਠੀਕ ਹੈ ਬਾਈ, ਥੈਂਕ ਯੂ, ਤੁਹਾਡਾ ਵੀ ਜੀ ਆਇਆਂ ਨੂੰ ਆਇਆ, ਠੀਕ ਹੈ ਜੀ।